ਮਾਰਨਿੰਗ ਵਿਦ ਫਰਾ। ਓਏ ਚੱਟ ਦੇ ਬਲੰਡ ਚ ਪਿਆਰ ਖੋਲਦਾ, ਬਿੱਲੀਆਂ ਬਰਾਉਨੇ ਅੱਖਾਂ ਨਾਲ ਬੋਲਦਾ। ਬਲੰਡ ਚ ਪਿਆਰ ਖਾਲਦਾ, ਬਿੱਲੀਆਂ ਬਰਾਉਨੇ ਅੱਖਾਂ ਨਾਲ ਬੋਲਦਾ। ਰੱਖ ਪੂਰਾ ਐਟੀਚਿਊਡ ਥਾਣੇਦਾਰ ਦਾ, ਹਾਈ ਵੋਲਟੇਜ ਗੁੱਸਾ। ਕਦੀ ਚੱਲਿਆ ਹੈ? ਤਾਂ ਤਾਂ ਇਹ ਗਾਣਾ ਚੂਜ਼ ਕੀਤਾ ਸੀ। ਅੱਛਾ, ਇਹ ਗਾਣੇ 'ਚ ਹੀ ਚੰਗਾ ਲੱਗਦਾ, ਹਾਈ ਵੋਲਟੇਜ ਚੱਲਣਾ ਪਵੇ ਲੱਗ ਪਤਾ ਜਾਂਦਾ। ਐਗਜੈਕਟਲੀ। ਕਿਸ ਤਰ੍ਹਾਂ ਡੀਲ ਕੀਤਾ ਫਿਰ ਤੁਸੀਂ? ਬਸ ਕਰ ਲਿਆ ਆਪਣੇ ਤਰੀਕੇ ਨਾਲ। ਅੱਛਾ, ਅਤੇ ਇਹੋ ਜਿਹੇ ਗਾਣੇ ਮੈਂ ਪੁੱਛ ਰਹੀ ਸਾਂ ਨਾ ਕਿ ਅੱਜ ਕੱਲ੍ਹ ਦੀ ਵਾਈਬਸ, ਅੱਜ ਕੱਲ੍ਹ ਦੇ ਯੂਥ ਨੂੰ, ਬੱਚਿਆਂ ਨੂੰ ਪਤਾ ਨਹੀਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਜ਼ਿਆਦਾ ਸਮਝ ਆਉਂਦੀਆਂ, ਇਹ ਜ਼ਿਆਦਾ ਪਸੰਦ ਆਉਂਦੀਆਂ। ਹਾਂਜੀ, ਬਟ ਆਈ ਥਿੰਕ ਜਦੋਂ ਤੁਸੀਂ ਇੱਕ ਆਡੀਅੰਸ ਲੋਕਾਂ ਲਈ ਤੁਸੀਂ ਕੁਛ ਬਣਾਉਂਦੇ ਹੁੰਦੇ ਹੋ, ਤੁਸੀਂ ਸੋਚਦੇ ਹੋ ਕਿ ਵੀ ਹਰ ਕਿਸੇ ਲਈ ਕੁਛ ਨਾ ਕੁਛ ਹੋਵੇ। ਸੋ ਜਿਹੜਾ ਇਹ ਗੀਤ ਹੈ, ਇਹ ਇੱਕ ਬਹੁਤ ਨਾਮੀ ਰਾਈਟਰ ਰਣਬੀਰ ਨੇ ਲਿਖਿਆ ਸੀ। ਉਹਨਾਂ ਨੇ ਦਿਲਜੀਤ ਦੋਸਾਂਝ ਦੇ ਕਾਫੀ ਗਾਣੇ, ਪੰਜ ਤਾਰਾ ਐਂਡ ਵੀਰਵਾਰ ਦਿੱਤੇ ਸੀ। ਸੋ ਉਹਨਾਂ ਤੋਂ ਇਹ ਗੀਤ ਲਿੱਤਾ ਸੀ ਮੈਂ। ਅੱਛਾ ਜੀ। ਲੋਕਡਾਊਨ ਤੋਂ ਪਹਿਲਾਂ ਲਿੱਤਾ ਸੀ। ਸੋ ਉਦੋਂ ਮੈਂ ਵੀ ਸੋਚਦੀ ਸੀ ਵੀ ਕਿ ਵੀ ਇਹ ਥੋੜ੍ਹਾ ਜਿਹਾ ਜਿੱਦਾਂ ਨਾ ਗੁੱਸੇ 'ਤੇ ਹੈ ਨਾ, ਪਰ ਉਦੋਂ ਜਿਹੜੀ ਇੱਕ ਟ੍ਰੈਂਡ ਜਿਹਾ ਚੱਲ ਰਿਹਾ ਸੀ ਅਤੇ ਉਹ ਕਹਿੰਦੇ ਵੀ ਆਹ ਵਾਲਾ ਵਧੀਆ, ਸਿੱਧੂ ਮੂਸੇ ਵਾਲਾ ਟ੍ਰੈਂਡ ਬਹੁਤ ਵੱਡਾ ਸੀ ਉਦੋਂ। ਸੋ ਮੈਂ ਕਿਹਾ ਚਲੋ ਇੱਕ ਫੀਮੇਲ ਵੋਇਸ 'ਚ ਥੋੜ੍ਹਾ ਨਵਾਂ ਟਰਾਈ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਆਪਣੇ ਆਪ ਨੂੰ ਵੀ ਐਕਸਪਲੋਰ ਕਰਦੇ ਹੋ ਕਿ ਤੁਹਾਡੀ ਇਹਨਾਂ ਗਾਣਿਆਂ 'ਚ ਆਪਣੀ ਆਵਾਜ਼ ਕਿੱਦਾਂ ਦੀ ਲੱਗੇਗੀ, ਹਾਊ ਵੁੱਡ ਯੂ ਪਰਫੋਰਮ ਔਨ ਇਟ, ਯੂ ਨੋ, ਐਕਸਪੈਰੀਮੈਂਟੇਸ਼ਨ ਵੀ ਨਾ। ਯੂ ਫਿਟ ਇਨ ਐਵਰੀ ਜਨਰਾ ਸੋ ਵੈਲ। ਜਦੋਂ ਤੁਸੀਂ ਇਹ ਸੁਣ ਰਹੇ ਹੋ ਤਾਂ ਲੱਗ ਰਿਹਾ ਤੁਸੀਂ ਬਸ ਇਹ ਚੰਗਾ ਕਰ ਰਹੇ ਹੋ, ਅਤੇ ਜਦੋਂ ਉੱਧਰਲਾ ਸੁਣਦੇ ਹਾਂ
ਟੱਪੇ ਐਂਡ ਮਾਈਏ ਐਂਡ ਗੀਤ ਉਹ ਲੱਗਦਾ ਉਹ ਜ਼ਿਆਦਾ ਚੰਗਾ ਕਰ ਰਿਹਾ ਐਂਡ ਇਹ ਮੈਂ ਆਈ ਮੀਨ ਤੁਸੀਂ ਅਵਾਰਡਸ ਦੀ ਗੱਲ ਕਰਦੇ ਹੋ ਨਾ ਸੋ ਇੱਦਾਂ ਦੇ ਜਿਹੜੇ ਕੰਪਲੀਮੈਂਟਸ ਹੁੰਦੇ ਆ ਮੇਰੇ ਵਾਸਤੇ ਅਵਾਰਡਸ ਨਾਲੋਂ ਵੱਡੇ ਹੁੰਦੇ ਆ ਸੋ ਦਿਸ ਇਜ਼ ਵਟ ਆਈ ਲਾਈਕ ਟੂ ਹੇਅਰ ਬਿਕੋਜ਼ ਮੈਂ ਚਾਹੁੰਦੀ ਹਾਂ ਕਿ ਮੈਂ ਡਿਫਰੈਂਟ ਡਿਫਰੈਂਟ ਜੋਨਰਸ ਨੂੰ ਐਕਸਪਲੋਰ ਕਰਾਂ ਹੁਣ ਜਿਹੜੇ ਅਗਲੇ ਮੇਰੇ ਗੀਤ ਆਉਣਗੇ ਤੁਸੀਂ ਜ਼ਰੂਰ ਸੁਣਿਓ ਅਤੇ ਉਹਨਾਂ ਵਿੱਚ ਤੁਹਾਨੂੰ ਇੱਦਾਂ ਹੀ ਲੱਗੇਗਾ ਹੋਪਫੁਲੀ ਕਿ ਜਿੱਦਾਂ ਮੈਨੂੰ ਫੀਡਬੈਕ ਹੁਣ ਜਿਹੜੀ ਮਿਲ ਰਹੀ ਹੈ ਬਾਕੀ ਟੀਮ ਤੋਂ ਕਿ ਵੀ ਇਹ ਇੱਕ ਜਣੇ ਨੇ ਨਹੀਂ ਗਾਇਆ ਕਿਉਂਕਿ ਮੈਂ ਡਿਫਰੈਂਟ ਜੋਨਰ ਦੇ ਗੀਤ ਟੱਚ ਕਰਕੇ ਉਹਨਾਂ ਨੂੰ ਉਸੇ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਤਾਂ ਸੁਣਨ ਵਾਲੇ ਜਿਹੜੇ ਹੈਗੇ ਨੇ ਸਰੋਤੇ ਉਹ ਦੱਸਣਗੇ ਵੀ ਇਹ ਵਧੀਆ ਗੀਤ ਗਾਇਆ ਗਿਆ ਕਿ ਨਹੀਂ ਵੈਸੇ ਜਿਹੜੇ ਸੁਣਨ ਵਾਲੇ ਤੁਹਾਡੇ ਜਿਹੜੇ ਨੇ ਉਹਨਾਂ ਨੂੰ ਤੁਹਾਡਾ ਕਿਹੜਾ ਅੰਦਾਜ਼ ਜ਼ਿਆਦਾ ਅੱਛਾ ਲੱਗਦਾ ਜ਼ਿਆਦਾ ਤੁਹਾਨੂੰ ਫੋਲੋਇੰਗ ਤੋਂ ਜਾਂ ਉਹਦੀ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਬੜੀ ਕਈ ਵਾਰ ਕਨਫਿਊਜ਼ ਹੋ ਜਾਂਦੀ ਹਾਂ ਕਿਉਂਕਿ ਜਿਨ੍ਹਾਂ ਨੂੰ ਕਨਫਿਊਜ਼ ਤਾਂ ਹੋ ਜਾਂਦੀ ਹਾਂ ਕਿ ਕਈ ਮੈਨੂੰ ਕਹਿੰਦੇ ਆ ਨਹੀਂ ਤੂੰ ਨਾ ਬਹੁਤਾ ਪੰਜਾਬਣ ਨਾ ਬਣਿਆ ਕਰ ਯੂ ਨੋ ਤੇਰਾ ਅਰਬਨ ਸਟਾਈਲ ਹੈ ਤੂੰ ਨਹੀਂ ਤੇਰੀ ਲੁੱਕ ਵੀ ਉਹ ਹੈ ਤੂੰ ਨਾ ਕਈ ਕਹਿੰਦੇ ਨਹੀਂ ਤੂੰ ਨਾ ਪੰਜਾਬਣ ਹੀ ਹੈ ਤੂੰ ਸੋ ਕਈ ਵਾਰੀ ਨਾ ਮੈਂ ਬਹੁਤ ਜ਼ਿਆਦਾ ਨਾ ਕਿਉਂਕਿ ਤੁਸੀਂ ਦੋਵਾਂ 'ਚ ਇੰਨੇ ਚੰਗੇ ਫਿੱਟ ਹੁੰਦੇ ਹੋ ਕਿਉਂ ਇਹ ਲੜਾਈ ਰਹਿਣੀ ਹੈ ਅਤੇ ਹਾਂ ਉਹ ਕਈ ਕਹਿੰਦੇ ਕਿ ਨਹੀਂ ਤੂੰ ਉਹਨਾਂ ਨੂੰ ਦੇਖ ਯੂ ਨੋ ਵੀ ਜਿੱਦਾਂ ਫਿਰ ਮੈਂ ਇੰਡੀਆ ਜਾਂਦੀ ਹਾਂ ਫਿਰ ਮੈਂ ਜਦੋਂ ਪਿੰਡ ਖੇਤਾਂ 'ਚ ਘੁੰਮਦੀ ਹਾਂ ਮੈਨੂੰ ਇੱਦਾਂ ਲੱਗਦਾ ਕਿ ਕੋਈ ਠੇਠ ਜੀ ਇੱਕ ਫੋਕ ਸੌਂਗ ਹੋ ਜਾਵੇ ਇੱਕ ਮੈਂ ਸ਼ੁਰੂ ਕਰ ਰਹੀ ਹਾਂ ਫਿਰ ਰਾਣੀ ਸੁੰਦਰਾਂ ਅਤੇ ਹਜੇ ਲਿਟਰਲੀ ਆਈ ਸਟਾਰਟਡ ਰਾਈਟ ਇਟਸ ਅ ਫੋਕ ਟੇਲ ਰਾਣੀ ਸੁੰਦਰਾਂ ਦੀ ਪਰ ਉਹਦੀ ਬੀਟ ਜਿਹੜੀ ਹੈ ਮੈਂ ਬਹੁਤ ਅਰਬਨ ਉਹ ਫੋਕ ਟੇਲ ਕੀ ਹੈ ਟੇਲ ਹੀ ਸੁਣਾ ਕਹਾਣੀ ਉਹ ਇੱਕ ਕਹਾਣੀ ਜਿੰਨੀ ਕੁ ਮੈਨੂੰ ਪਤਾ ਹਜੇ ਮੈਂ ਸ਼ੁਰੂ ਹੀ ਕੀਤੀ ਉਹਦੀ ਰਿਸਰਚ ਅਤੇ ਉਹ ਇੱਕ ਰਾਣੀ ਸੀ ਸੁੰਦਰਾਂ ਉਹਦਾ ਨਾਮ ਸੀ ਅਤੇ ਉਹਦੇ ਇੱਕ ਜੋਗੀ ਆਉਂਦਾ ਬੜਾ ਸੋਹਣਾ ਜਿਹਾ ਅਤੇ ਉਹ ਖੈਰ ਨਹੀਂ ਚੋਲੀ ਵਿੱਚ ਪਾ ਦਿਓ ਐਂਡ ਆਲ ਦੈਟ ਤਾਂ ਉਹ ਪਾ ਉਹ ਦਿੰਦੀ ਹੈ ਅਤੇ ਉਹ ਉੱਥੇ ਉਹਨੂੰ ਜਿਹੜਾ ਉਹਦੇ ਅੱਖਾਂ ਬਹੁਤ ਸੋਹਣੀਆਂ ਹੁੰਦੀਆਂ ਉਹਦੀ ਬਿੱਲੀਆਂ ਹੁੰਦੀਆਂ ਜੋਗੀ ਦੀਆਂ ਅਤੇ ਉਹ ਫਿਰ ਉਹਦੇ 'ਤੇ ਡੁੱਲ ਜਾਂਦੀ ਹੈ ਆਸ਼ਿਕ ਜਾਂਦੀ ਹੈ ਡੁੱਲ ਜਾਂਦੀ ਸੋ ਉਸ ਤੋਂ ਬਾਅਦ ਫਿਰ ਉੱਪਰ ਉਹ ਉਹਦੇ 'ਤੇ ਨਹੀਂ ਇਨਫਲੂਐਂਸ ਨਹੀਂ ਹੁੰਦਾ ਉਹਦੇ ਤੋਂ ਜੋਗੀ ਨਹੀਂ ਜੋਗੀ ਉਹ ਆਪਣੀ ਬਸ ਭਗਤੀ 'ਚ ਹੁੰਦਾ ਸੋ ਉਹ ਫਿਰ ਚਲੇ ਜਾਂਦਾ ਫਿਰ ਉਹ ਫਿਰ ਖੜੇ ਹੋ ਕੇ ਆਪਣੇ ਮਹਿਲ 'ਚ ਵਾਜਾਂ ਮਾਰਦੀ ਹੈ ਉਹਨੂੰ ਹੈ ਨਾ ਅਤੇ ਉਹ ਥੋੜ੍ਹਾ ਭਗਤੀ ਵੱਲ ਹੁੰਦਾ ਸਪਿਰਚੁਅਲ ਹੀ ਇਜ਼ ਲਾਈਕ ਅ ਸਪਿਰਚੁਅਲ ਗਾਇ ਸੋ ਉਹ ਫਿਰ ਉਹਦੇ 'ਤੇ ਉਹ ਜਿਹੜੀ ਇੱਕ ਗੀਤ ਹੈ ਉਹਦੇ 'ਤੇ ਲਿਖਿਆ ਗਿਆ ਅੱਛਾ ਵਾਹ ਦੇਖੋ ਹੁਣ ਤੁਸੀਂ ਕਿੰਨੀ ਵੱਖ ਜਿਹੀ ਇੱਕ ਕੱਢ ਕੇ ਲੈ ਕੇ ਆਏ ਹੋ ਪ੍ਰੇਮ ਕਹਾਣੀ ਯੂਜੁਅਲੀ ਮਰਦ ਜਿਹੜੇ ਨੇ ਉਹ ਆਸ਼ਕ ਹੁੰਦੇ ਨੇ ਅਤੇ ਜਿਹੜੀ ਫੀਮੇਲ ਸਾਈਡ ਹੁੰਦੀ ਹੈ ਉਹਦੀ ਤਰਫੋਂ ਕਿ ਬੇਵਫਾਈ ਹੈ ਜਾਂ ਦੁੱਖ ਹੈ ਜਾਂ ਧੋਖਾ ਜਾਂ ਉਹਦੀ ਤਰਫੋਂ ਮਸਲੇ ਮਸਾਇਲ ਉੱਧਰੋਂ ਆਉਂਦੇ ਨੇ ਇਹ ਤਸਵੀਰ ਦਾ ਦੂਸਰਾ ਰੁੱਖ ਹੈ ਕਿ ਔਰਤ ਵੀ ਜਿਹੜੀ ਹੈ ਡੁੱਲ ਸਕਦੀ ਹੈ ਉਹ ਵੀ ਕਹਿੰਦੀਆਂ ਨਹੀਂ ਵਿਚਾਰੀਆਂ ਉਹਨਾਂ ਨੂੰ ਉਹਨਾਂ ਵੀ ਤਾਂ ਫੀਲਿੰਗਸ ਹੁੰਦੀਆਂ ਹੀ ਆ ਹਾਂ ਭਰਪੂਰ ਫੀਲਿੰਗਸ ਮੈਨੂੰ ਤਾਂ ਲੱਗਦਾ ਔਰਤ ਜ਼ਿਆਦਾ ਫੀਲਿੰਗਸ ਇਮੋਸ਼ਨਲ ਇਮੋਸ਼ਨਲ ਹੈ ਔਰਤ ਦੀ ਜਿਹੜੀ ਕ੍ਰੀਏਸ਼ਨ ਹੈ ਉਹਦੇ ਵਿੱਚ ਜ਼ਿਆਦਾ ਸੈਂਟੀਮੈਂਟਸ ਨੇ ਇਮੋਸ਼ਨਸ ਹਾਂ ਲੇਕਿਨ ਜ਼ਰਾ ਜ਼ਰੂਰਤ ਤੋਂ ਜ਼ਿਆਦਾ ਹੀ ਇਮੋਸ਼ਨ ਹੈ ਬਾਜ਼ੂ ਘਰ ਗੱਡਮੱਡ ਬਹੁਤ ਜ਼ਿਆਦਾ ਹੋ ਜਾਂਦੇ ਨੇ ਸਮਝ ਨਹੀਂ ਆਉਂਦੇ ਵੀ ਕਿੱਦਾਂ ਹੈ ਸੋ ਉਹ ਗੀਤ ਮੈਂ ਉਹ ਦੱਸ ਰਹੀ ਸੀ ਕਿ ਉਹ ਅਗੇਨ ਮੈਂ ਜਦੋਂ ਪੰਜਾਬ ਗਈ ਮੈਂ ਪਹਿਲਾਂ ਯੂਕੇ ਤੋਂ ਨਹੀਂ ਸੋਚਿਆ ਸੀ ਉੱਥੇ ਜਾ ਕੇ ਮੈਂ ਕਿਹਾ ਨਹੀਂ ਇਹ ਟੱਚ ਕਰਨਾ ਪਰ ਇਹਦੀ ਜਿਹੜੀ ਮਿਊਜ਼ਿਕ ਹੈ ਉਹ ਵੈਸਟ ਕੋਸਟ ਜਿਹੜਾ ਵੈਰੀ ਅਰਬਨ ਯੂ ਨੋ ਉਹ ਆਪਾਂ ਰੱਖਣਾ ਮਿਊਜ਼ਿਕ ਇਹਦਾ ਅਤੇ ਆਪਾਂ ਉਹੀ ਐਕਸਪੈਰੀਮੈਂਟ ਕਰਦੀ ਰਹੀ ਔਰ ਬੜਾ ਹੋਪਫੁਲੀ ਲਾਈਕ ਕਰਨਗੇ ਜਿਹੜੇ ਫੋਕ ਨੂੰ ਵੀ ਲਾਈਕ ਕਰਦੇ ਆ ਅਤੇ ਜਿਹੜੇ ਓਬਵੀਅਸਲੀ ਆਪ ਬੀਟਸ ਲਾਈਕ ਕਰਦੇ ਆ ਮਿਊਜ਼ਿਕ ਉਹ ਵੀ ਲਾਈਕ ਕਰਨਗੇ ਅਤੇ ਯੈਸ ਸੋ ਵੇਟ ਐਂਡ ਵਾਚ ਅੱਛਾ ਸੋਨਾ ਡਿਡ ਯੂ ਫਾਈਂਡ ਐਨੀ ਸੋਨਾ ਮੇਰਾ ਬੜਾ
ਇਹ ਸਵਾਲ ਲਾਜ਼ਮੀ ਹੁੰਦਾ ਜੀ ਸ਼ੋਅ ਦੇ ਵਿੱਚ ਕੀ ਕਮਾਈ ਇਸ ਬਾਰੇ ਤੁਹਾਨੂੰ ਸੋਹਣਾ ਹੈ ਬਸ ਦੂਰੋਂ ਦੂਰੋਂ ਹੀ ਸੋਹਣੇ ਹੁੰਦੇ ਹਾਂ ਹੁੰਦੇ ਤਾਂ ਦੂਰੋਂ ਦੂਰੋਂ ਹੀ ਨੇ ਪਰ ਚਲੋ ਦੂਰੋਂ ਦੂਰੋਂ ਹੀ ਸਹੀ ਹਾਂ ਲੱਭਿਆ ਤਾਂ ਸਹੀ ਗੁੱਡ ਹਾਂ ਯਾ ਬਟ ਲੱਭਿਆ ਸੀ ਤੇ ਫਿਰ ਗਵਾਚ ਤੇ ਨਹੀਂ ਕਹਾਣੀ ਜਿਹੜੀ ਅਧੂਰੀ ਰਹਿ ਗਈ ਹਜੇ ਅੱਛਾ ਉਹ ਵਾਲਾ ਕੋਈ ਗੱਲ ਨਹੀਂ ਅਧੂਰੀ ਕਹਾਣੀ ਦਾ ਵੀ ਇੱਕ ਆਪਣਾ ਹੀ ਲੁਤਫ ਹੁੰਦਾ ਹਾਂ ਸੋ ਹਜੇ ਉਸ ਵਾਰ ਮੈਂ ਫੋਕਸ ਨਹੀਂ ਕਰ ਰਹੀ ਕਿਉਂ ਨਹੀਂ ਕਰ ਰਹੀ ਵੈਸੇ ਕਿਉਂਕਿ ਮੈਂ ਮਿਊਜ਼ਿਕ ਮੇਰਾ ਸੋਹਣਾ ਬਣ ਗਿਆ ਹੁਣ ਜਿੱਦਾਂ ਮੈਂ ਇੱਥੇ ਰਹਿ ਕੇ ਆਈ ਹਾਂ ਮਿਊਜ਼ਿਕ ਵਰਲਡ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਇਹ ਨਹੀਂ ਮੈਂ ਕਹਿੰਦੀ ਕਿ ਮੈਂ ਅਲੱਗ ਹੋਈ ਸੀ ਬਟ ਬਿਲਕੁਲ ਆਈ ਡੈਡੀਕੇਟਿਡ ਦੈਟ ਟਾਈਮ ਸਵੇਰੇ ਉੱਠਣ ਤੋਂ ਲੈ ਕੇ ਜਿਹੜੀ ਮੇਰੀ ਰੂਟੀਨ ਹੈ ਇਟਸ ਆਲ ਅਬਾਊਟ ਯੂ ਨੋ ਮਾਈ ਪ੍ਰੈਕਟਿਸ ਮੈਂ ਕੀ ਅੱਜ ਕਿਹੜੇ ਲਿਰਿਕਸ ਲਿਖਣੇ ਆ ਕਿਹੜੇ ਗਾਣੇ ਨੂੰ ਇਲੈਬੋਰੇਟ ਕਰਨਾ ਕਿਹੜੇ ਡਾਇਰੈਕਸ਼ਨ ਵੱਲ ਜਾਣਾ ਸੋ ਉਹ ਚੀਜ਼ ਨੂੰ ਉਹਨੂੰ ਮੈਂ ਮਾਈਆ ਸਮਝ ਰਹੀ ਹਾਂ ਐਟ ਦ ਮੋਮੈਂਟ ਹਾਂ ਆਈ ਕੈਨ ਫੀਲ ਤੁਹਾਡਾ 뮤직 ਉਹਦੀ ਇੰਟੈਂਸਿਟੀ ਦੱਸ ਰਹੀ ਹੈ ਔਰ ਤੁਹਾਡੀ ਆਪਣੀ ਪਰਸਨੈਲਿਟੀ ਤੋਂ ਵੀ ਰਿਫਲੈਕਟ ਹੋ ਰਿਹਾ ਯਾ ਲੇਕਿਨ ਉਹ ਇਹੋ ਜਿਹੇ ਕੰਮ ਬੰਦਾ ਉਦੋਂ ਕਰਦਾ ਜਦੋਂ ਕਿਸੇ ਹੋਰ ਪਾਸੇ ਉਹਨੇ ਆਪਣਾ ਧਿਆਨ ਮੋੜਨਾ ਹੋਵੇ ਨਾ ਤੇ ਉਹ ਕਹਿੰਦਾ ਨਹੀਂ ਇੱਧਰ ਨੂੰ ਹੁਣ ਇੱਧਰ ਨੂੰ ਨਹੀਂ ਉੱਧਰ ਨਹੀਂ ਨਹੀਂ ਐਸਕੇਪ ਜਿੱਦਾਂ ਨਹੀਂ ਦਿਸ ਇਜ਼ ਨੋਟ ਐਸਕੇਪ ਹਾਂ ਦਿਸ ਇਜ਼ ਵਾਟ ਆਈ ਵਾਂਟ ਟੂ ਡੂ ਦਿਸ ਇਜ਼ ਵਾਟ ਯੂ ਵਾਂਟ ਐਂਡ ਆ ਮੈਂ ਔਰ ਮੈਂ ਕੋਈ ਇੰਟਰਪਸ਼ਨ ਨਹੀਂ ਚਾਹਦੀ ਕਿ ਕੋਈ ਹੋਰ ਸੋਹਣਾ ਆਵੇ ਮਤਲਬ ਯੂ ਨੋ ਤੇ ਮੇਰੇ ਕੋਲੋਂ ਇਹ ਯੂ ਨੋ ਚੀ ਥੋੜੀ ਇੰਟਰਪਸ਼ਨ ਹੋਵੇ ਆਈ ਡੋਨਟ ਵਾਂਟ ਦਾ ਇੰਟਰਪਸ਼ਨ ਅੱਛਾ ਯਾ ਨਾ ਗ੍ਰੇਟ ਸੋ ਯੂ ਆਰ ਸੋ ਪੋਸੈਸਿਵ ਅਬਾਊਟ ਯੂਰ ਯੈਸ ਆਈ ਐਮ ਪੋਸੈਸਿਵ ਆਮ ਲਿਵਿੰਗ ਇਟ ਐਵਰੀ ਸੈਕਿੰਡ ਵੈਨ ਆਈ ਟਾਕ ਅਬਾਊਟ ਇਟ ਆਈ ਲਵ ਇਟ ਆਈ ਕੈਨ ਫੀਲ ਦੈਟ ਐਂਡ ਅਦਰ ਦੈਨ ਯੂਰ 뮤직 ਇਟ ਇਜ਼ ਵੰਡਰਫੁਲ ਟੂ ਨੋ ਦੈਟ ਅ ਵੁਮਨ ਲਾਈਕ ਯੂ ਹੂ ਇਜ਼ ਪੰਜਾਬੀ ਐਂਡ ਹੂ ਨੋਜ਼ ਦ ਰੀਚੁਅਲਸ ਦ ਕਸਟਮਸ ਦ ਵੈਲਿਊਸ and yet is strong and independent minded and can pursue her feelings and emotions and passions and this is so encouraging it is so heartening kyunki mainu lagda ke jis tarah assi dekhe san surinder kaur ji te is tarah hor kuch jinna ne gaaye se punjabi geet hun jehde khawateen ne oh ohna ch mainu oh chashni nahi aandi pata nahi kyon mainu ohda na oh lutf nahi aanda I don't know. You mean you're talking about jadi female singers? Female singers. Haan, mainu bada superficial jeha music lagda hai. Dil nu nahi touch kardi koi chi. Koi chiz rooh nu tade chundi hai. Koi dil nu chundi hai. Obviously, tuhadi apni... Tuhadi music cha gal hai. Oh, thank you. Oh, different genres hai na. Thank you so much. Jande ho, kadhi party chila jande ho. Kadhi odda khetan chila jande ho. Oh, wow. Kadhi jeepan te chida jande ho. Jeepan te mein fair chadi si hoon. ਮੈਂ ਹੁਣ ਇੱਕ ਜਿਹੜਾ ਇਹੀ ਗੀਤ ਚੁੰਮਕੇ ਲਾਹੌਰ ਦੇ ਚਲੋ ਕਹਿ ਸਕਦੇ ਹਾਂ ਆਪਾਂ ਅਤੇ ਇਹ ਇਹਦੀ ਮੈਂ ਸ਼ੂਟ ਕਰ ਰਹੀ ਸੀ ਅਤੇ ਉਹ ਕਹਿੰਦੇ ਕਿੱਦਾਂ ਕਰੀਏ ਮੈਂ ਕਿਹਾ ਮੈਂ ਦੱਸਦੀ ਹਾਂ ਉਹ ਵੀ ਮੈਂ ਸੋਚਦੀ ਰਹਿੰਦੀ ਹਾਂ ਜਦੋਂ ਗਾਣਾ ਬਣ ਰਹਾ ਹੁੰਦਾ ਨਾ ਵੀਡੀਓ ਵੀ ਆਪ ਡਾਇਰੈਕਟ ਯੈ ਮੈਂ ਲੋਕੇਸ਼ਨ ਵੀ ਇਸ ਵਾਰੀ ਆਪ ਚੂਜ਼ ਕੀਤੀਆਂ ਨੇ ਮੈਂ ਕਿਹਾ ਆਪਾਂ ਦਰਿਆ ਦੇ ਕੰਢੇ ਥਾਰ ਜੀਪ ਲਗਾ ਕੇ ਮੈਂ ਉਹਦੇ ਉੱਤੇ ਕਹਿੰਦੇ ਕਿੱਥੇ ਮੈਂ ਕਿਹਾ ਉਹਦੀ ਛੱਤ ਦੇ ਉੱਤੇ ਚੜਾਂਗੀ ਮੈਂ ਐਂਡ ਦੈਟਸ ਵਾਟ ਆਈ ਡਿਡ ਯਾ ਆਈ ਸੌ ਇਟ ਐਂਡ ਮੈਂ ਉਹ ਪਾਇਆ ਹੋਇਆ ਸੀ ਸ਼ਰਾਰਾ ਜਿਹਾ ਪਾਇਆ ਹੋਇਆ ਸੀ ਅਤੇ ਉਹ ਮੈਂ ਉੱਤੇ ਚੜ੍ਹ ਕੇ ਜਿਹੜੀ ਪਿੰਡਾਂ ਵਾਲੇ ਚੜ੍ਹ ਸੀ ਉਹਦੇ 'ਚ ਮੈਂ ਬੱਸ ਦੇ ਉੱਤੇ ਚੜ੍ਹੀ ਸੀ ਉਹ ਵੀ ਮੇਰਾ ਆਈਡੀਆ ਸੀ ਅਤੇ ਉਹ ਵਾਲੇ ਹਜੇ ਕਿ ਮੈਨੂੰ ਵੀਡੀਓ ਡਾਇਰੈਕਟਰ ਕਹਿੰਦੇ ਸੀ ਕਿ ਇਹ ਰਹਿਣ ਦੇ ਠੀਕ ਨਹੀਂ ਲੱਗਣਾ ਮੈਂ ਕਿਹਾ ਟਰੱਸਟ ਮੀ ਯੂ ਨੋ ਮੈਂ ਕਰਨਾ ਚਾਹਾਂਗੀ ਸੋ ਉਹ ਹੁਣ ਮੈਂ ਉਹਨਾਂ ਨੇ ਪਿੰਡਾਂ 'ਚ ਕਦੀ ਪਿੰਡਾਂ ਦੀ ਬੱਸਾਂ 'ਤੇ ਛੱਤ 'ਤੇ ਬੈਠ ਕੇ ਸਫ਼ਰ ਨਹੀਂ ਨਾ ਕੀਤਾ ਹੋਣਾ ਹੁਣ ਨਹੀਂ ਨਾ ਲੋਕਾਂ ਨੂੰ ਯਾਦ ਨੇ ਇਹ ਚੀਜ਼ਾਂ ਇੰਨੀਆਂ ਹੁਣ ਰਹਿ ਨਹੀਂ ਗਈਆਂ ਹੁਣ ਅਸੀਂ ਮਾਡਰਨ ਹੋ ਗਏ ਹਾਂ ਤਰੱਕੀ ਹੋ ਗਈ ਹੈ ਅੱਛਾ ਜੀ ਅਤੇ ਥੈਂਕ ਯੂ ਵੈਰੀ ਮੱਚ ਪਾਕਿਸਤਾਨ ਦਾ ਖਾਣਾ ਕਿਹੜਾ ਖਾਇਆ ਜੀ ਮੈਂ ਕਰੀਜ਼ ਐਂਡ ਨਾਨ ਵਗੈਰਾ ਉੱਦਾਂ ਤਾਂ ਮੈਂ ਵੈਸੇ ਮੋਸਟਲੀ ਡਾਇਟਿੰਗ 'ਤੇ ਹੀ ਰਹਿੰਦੀ ਹਾਂ ਯੂ ਨੋ ਬਈ
ਜ਼ਿਆਦਾ ਮੋਟੀ ਨਾ ਹੋ ਜਾਵਾਂ ਜਾਂ ਫਿਰ ਮੇਰਾ ਗਲੇ ਵਾਸਤੇ ਕੋਈ ਇੱਦਾਂ ਦੀ ਚੀਜ਼ ਨਾ ਹੋਵੇ, ਬਟ ਮੈਂ ਬਰਿਆਨੀ ਪਾਓ ਲਾਈਕ ਕਰਦੀ ਹਾਂ। ਅੱਛਾ, ਪਾਕਿਸਤਾਨੀ ਬਰਿਆਨੀ ਪਾਓ ਲਾਈਕ ਕਰਦੀ ਹਾਂ, ਯੂ ਨੋ, ਲੈਮ ਬਰਿਆਨੀ, ਚਿਕਨ ਬਰਿਆਨੀ। ਅਤੇ ਆਪ ਕਿਹੜੀ ਚੀਜ਼ ਵਧੀਆ ਬਣਾ ਲੈਂਦੇ ਹੋ? ਓ, ਮੈਂ ਚਿਕਨ ਕਰੀ ਵਧੀਆ ਬਣਾ ਲੈਂਦੀ ਹਾਂ। ਅੱਛਾ, ਮੇਰਾ ਖਿਆਲ ਸੀ ਤੁਸੀਂ ਕਹੋਗੇ ਮੈਂ ਤੇ ਵੈਜੀਟੇਰੀਅਨ, ਮੈਂ ਤੇ ਨਹੀਂ ਖਾਂਦੀ। ਨਹੀਂ, ਆਲੂ ਪਰੌਂਠੇ ਮੈਂ ਬਹੁਤ ਸਵਾਦ ਬਣਾਉਂਦੀ ਹਾਂ। ਅੱਛਾ, ਵਾਹ। ਹਾਂਜੀ, ਇੱਕ ਵਾਰੀ ਮੇਰੀ ਮੈਨੇਜਮੈਂਟ ਅਮਜ਼ਤ ਅੰਨੀ ਨਾ, ਜਿਹੜੀ ਮੈਨੂੰ ਮੈਨੇਜ ਕਰਦੇ ਯੂਕੇ, ਉਹ ਆਏ ਅਤੇ ਜਿੱਦਾਂ ਚੱਕਰ ਲੱਗਦਾ ਅਤੇ ਮੈਂ ਕਿਹਾ ਇਸ ਵਾਰੀ ਤੁਸੀਂ ਜ਼ਰੂਰ ਆਉਣਾ ਆ, ਯੂ ਨੋ, ਮੈਂ ਤੁਹਾਨੂੰ ਆਲੂ ਦੇ ਪਰੌਂਠੇ ਖਵਾਉਣੇ ਆ, ਬਿਕੋਜ਼ ਜਿੱਦਾਂ ਮੈਨੂੰ ਲੱਗਦਾ ਕਿ ਮੈਂ ਵਧੀਆ ਬਣਾਉਂਦੀ ਹਾਂ। ਕਹਿੰਦੇ ਠੀਕ ਹੈ, ਅਤੇ ਮੈਂ ਦੇਸੀ ਘਿਓ ਵੀ ਘਰ ਮੈਂ ਬਣਾਇਆ। ਓਹੋ, ਵਾਹ, ਪਰੌਂਠੇ। ਤਾਂ ਮੈਨੂੰ ਕੰਪਲੀਮੈਂਟ, ਮੈਨੂੰ ਆਹ ਮਿਲਿਆ ਕਿ ਇੱਦਾਂ ਦੇ ਉਹਨਾਂ ਨੇ ਕਦੀ ਖਾਧੇ ਨਹੀਂ। And thank you so much for having, and jede vi dekh rahe hai channel sun rahe hai sareyan nu mere valon salam sat sri akal and thank you so much for giving me your time. Yeah, and jande jande tade ko kuch sunna chahwange, assi chahwange ja dance karde karde assi ruksat hoye ko bhangde de koi kuch hai kuch aisa jada sunana chahoge, share karna chahoge aakhir de vich? Bhangde da geet aapa mahi ve main long gawaiyan jada kafi ਪਹਿਲੀ ਐਲਬਮ ਤੁਸੀਂ, ਦੈਟਸ ਲਾਈਕ 10 ਪਲੱਸ ਇਅਰਸ, ਉਹਦੇ ਤੋਂ ਆਪਾਂ ਭੰਗੜਾ ਕਰਦੇ। ਵੰਡਰਫੁਲ ਟੂ ਹੈਵ ਯੂ, ਐਂਡ ਆਲ ਦ ਬੈਸਟ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਸੋ ਮੱਚ, ਮੈਨੂੰ ਬਹੁਤ ਅੱਛਾ ਲੱਗਿਆ। ਥੈਂਕ ਯੂ। ਸ਼ੁਕਰੀਆ ਜੀ। ਆਪਸੇ ਵੀ ਇਜਾਜ਼ਤ ਲੇਂਗੇ ਔਰ ਇਨਸ਼ਾਅੱਲਾ ਮੁਲਾਕਾਤ ਹੋਗੀ ਕੱਲ ਫਿਰ, ਉਸ ਵਕਤ ਤੱਕ ਕੇ ਲਈ ਆਪਣਾ ਬਹੁਤ ਖਿਆਲ ਰੱਖੀਏਗਾ ਔਰ ਅੱਲਾ ਹਾਫਿਜ਼। ਆਏ ਜੀ।